ਬਾਜੀ ਇਹ ਕੀ ਕਰਨ ਲੱਗੇ ਹੋ? ਦੁੱਧ ਬੰਨ ਗਿਆ ਵਿੱਚ। ਹਾਂਜੀ ਇਹ ਕਿਹੜਾ ਰਿਵਾਜ ਹੈ? ਇਹ ਅਸਾਂ ਦਾ ਰਿਵਾਜ ਹੈ। ਤਾਂ ਹੀ ਟੱਬਰ ਰੇਂਜ ਕਰਦਾ ਯਾ ਕੋਈ ਹੋਰ ਵੀ ਕਰਦਾ ਜੀ? ਹਾਂਜੀ ਅਸਲਾਮ ਵਾਲੇਕੁਮ ਜੀ, ਉਮੀਦ ਕਰਦਾ ਸੀ ਸਾਰੇ ਖਰੀਆਂ ਨਾਲ ਹੋ ਗਏ, ਵਧੀਆ ਹੋ ਗਏ, ਬਿਲਕੁਲ ਵਧੀਆ ਹੋ ਗਏ, ਬਿਲਕੁਲ ਜੀ। ਸੂਰਜ ਵੀ ਚਮਕ ਰਿਹਾ ਮਾਸ਼ਾਅੱਲਾ, ਬੜਾ ਸੋਹਣਾ ਸੋਹਣਾ। ਅਤੇ ਅੱਜ ਮੌਸਮ ਇੰਝ ਪਤਾ ਲੱਗਦਾ ਗਰਮੀ ਵਾਪਸ ਆ ਗਈ, ਕਿਉਂਕਿ ਠੰਡ ਵੀ ਹੈ ਥੋੜ੍ਹੀ ਬਹੁਤ ਨਾ, ਪਰ ਜਰਸੀ ਜੁਰਸੀ ਨਹੀਂ ਲਾਈ ਅਸੀਂ। ਮੈਂ ਕਿਹਾ ਜੀ ਅਸੀਂ ਜਵਾਨ ਬੰਦੇ ਹਾਂ ਤਾਂ ਸਾਨੂੰ ਕੀ ਲੱਗੇ ਠੰਡ ਛੰਡ, ਪਿਸਤੇ ਬਦਾਮ। ਮਾਸ਼ਾਅੱਲਾ ਜੀ ਧੁੱਪ ਬੜੀ ਸੋਹਣੀ ਹੈ ਜੀ, ਹੁਣ ਅਸੀਂ ਚੱਲੇ ਹਾਂ ਜੀ ਨਮਾਜ਼ ਪੜ੍ਹਨ। ਚੱਲ ਬਾਈ ਜਵਾਨ, ਚਲੋ ਚਲਾਓ ਗੱਡੀ। ਹਾਂਜੀ ਜਰਸੀ ਕਿਉਂ ਲਾਈ ਹੈ ਫਿਰ? ਜਰਸੀ ਲਾ ਕੇ ਨਿੱਕਾ ਕਹਿੰਦਾ ਜੀ ਬਹੁਤ ਆਓ ਵੀ। ਆ ਜਾ ਆ ਜਾ, ਕੁਝ ਵੀ ਨਹੀਂ ਕੁਝ ਵੀ ਨਹੀਂ, ਉਹ ਕੁਝ ਵੀ ਨਹੀਂ, ਆ ਜਾ। ਤੁਹਾਨੂੰ ਪਤਾ ਇੱਥੇ ਸੜਕ ਦੇ ਉੱਤੇ ਨਾ ਗੰਦ ਪਿਆ ਹੁੰਦਾ, ਜਿਵੇਂ ਪਾਕਿਸਤਾਨ ਪਿਆ ਹੁੰਦਾ ਸੀ ਨਾ ਕੁੰਜ। ਹਾਂਜੀ ਬਸ ਬਸ ਕਿਉਂਕਿ ਇੱਥੇ ਕੁੱਤੇ ਲੋਕਾਂ ਰੱਖੇ ਹੁੰਦੇ ਨੇ, ਗੰਦ ਸਾਰਾ ਸੜਕਾਂ 'ਤੇ ਛੋੜ ਕੇ ਟੁਰ ਜਾਂਦੇ ਨੇ, ਅਤੇ ਫਿਰ ਕਿਸੇ ਦਾ ਪੈਰ ਖਰਾਬ ਹੋ ਜਾਂਦਾ। ਇਹ ਚੀਜ਼ ਰੱਖੀ ਹੋਵੇ ਫਿਰ ਉਦੋਂ ਨਾਲ ਕੰਮ ਵੀ ਚੱਕਿਆ ਕਰੋ, ਕਈ ਤਾਂ ਚੱਕ ਕੇ ਲੈ ਜਾਂਦੇ, ਕਈ ਛੋੜ ਜਾਂਦੇ, ਕਈ ਕਹਿੰਦੇ ਨਹੀਂ ਰਹਿਣ ਦਿਓ, ਪਿਆਰ ਰਹਿਣ ਦਿਓ, ਸੋਹਣਾ ਲੱਗਦਾ। ਸਾਡਾ ਕਿਚਨ ਕਲੋਜ਼ ਹੈ ਜੀ, ਉਸ ਕਹਿੰਦਾ ਐ ਖਾ, ਹੋਰ ਤਾਂ ਕਿਸੇ ਖਾਣੀਆਂ ਕੋਲ ਨਹੀਂ, ਸਲੂਣੀਆਂ ਖਾ, ਅੱਜ ਸਲੂਣੀਆਂ 'ਤੇ ਗੁਜ਼ਾਰਾ ਕਰ। ਮੈਂ ਚੱਲ ਕੋਈ ਨਹੀਂ, ਆ ਮਜ਼ੇ ਦੀਆਂ ਨੇ ਪਾਕਿਸਤਾਨ, ਤੁਹਾਨੂੰ ਪਤਾ ਸਵਾਦਲੀਆਂ ਹੁੰਦੀਆਂ ਨੇ, ਉਹਨਾਂ 'ਚ ਐਕਸਟਰਾ ਫਲੇਵਰ ਹੁੰਦਾ, ਚਿੰਨੀਆਂ ਬਣਾਉਂਦੇ ਨੇ ਜਿਸ ਤਰ੍ਹਾਂ, ਆਏ ਮਸਾਲੇ ਲਾ ਕੇ ਅਤੇ ਨਿੰਬੂ ਲਾ ਕੇ ਅਤੇ ਥੋੜ੍ਹਾ ਜਿਹਾ ਸਲਾਦ ਪਾ ਕੇ ਨਾਲ ਨਾਲ ਹੈ ਚਾਹ ਸਵਾਦ ਹੁੰਦੀ ਹੈ। ਪਾਕਿਸਤਾਨ ਵੇਚਦੇ ਹੁੰਦੇ ਨੇ ਨਾ ਸਾਈਕਲ 'ਤੇ, ਉਹ ਟੋਕਰਾ ਰੱਖ ਕੇ ਉਹਦੇ ਅੰਦਰ, ਉਹੀ ਸਵਾਦ। ਇਹ ਡੱਬਾ ਸਿਰਫ ਮੇਰੇ ਵਾਸਤੇ, ਕਿਸੇ ਵਾਸਤੇ ਨਹੀਂ, ਮੈਂ ਸਿਰਫ ਖਾਣਾ ਹੁੰਦਾ। ਤੈਨੂੰ ਦਿਲ ਕਰਦਾ ਬੋਸ ਕਿਉਂ ਅੱਖਾਂ ਘੂਰ ਰਿਹਾ ਹੈ? ਹਾਂ ਬਾਈ ਆਖੇ ਕਿਉਂ ਕੱਢ ਰਹੀ ਹੈ ਮੁਝੇ? ਸੈਲਡ ਠੰਡਾ ਹੁੰਦਾ, ਦਿਮਾਗ ਫਰੀਜ਼ ਹੋ ਜਾਂਦਾ, ਪਤਾ ਨਹੀਂ ਕਿਵੇਂ ਖਾ ਲੈਂਦੇ ਨੇ। ਮੈਂ ਬਾਊ ਜੀ ਕਿਵੇਂ ਖਾ ਲੈਂਦੀ ਹੈ? ਅੱਛਾ ਮੈਨੂੰ ਨਹੀਂ ਇਹ ਚੰਗੀਆਂ ਲੱਗੀਆਂ ਜੀ, ਇਹ ਚੀਜ਼ਾਂ ਨਾਲ ਚਟਨੀ ਪਾ ਕੇ, ਹਰ ਸ਼ਾਇਦ ਠੰਡੀ, ਇਹਦੇ ਨਾਲ ਸਲੂਣੀਆਂ ਠੀਕ ਨੇ। ਚਲੋ ਤੁਸੀਂ ਸਲਾਦ ਖਾਓ ਆਪਣਾ। ਬਿਲਕੁਲ ਜੀ ਅਸੀਂ ਸੈਰ ਕਰਦੇ ਕਰਦੇ ਆ ਰਹੇ ਹਾਂ ਜੀ, ਮੈਂ ਮੌਸਮ ਸੋਹਣਾ ਸੀ, ਹੁਣ ਰਾਤ ਪੈ ਗਈ ਹੈ, ਮੈਂ ਆਪੂ ਜੀ ਨੂੰ ਸੈਰ ਕਰਾਈ ਜੀ। ਥੱਕ ਤਾਂ ਨਹੀਂ ਗਏ? ਥੱਕਿਆ ਤਾਂ ਕੋਈ ਨਹੀਂ, ਟੇਟਾ ਫਰੀ ਗਿਆ। ਅੱਛਾ ਥੋੜ੍ਹਾ ਬਹੁਤਾ ਜੀ ਸੈਰ ਖਾਓ ਤਾਂ ਜੀ ਨਾ ਠੰਡ ਲੱਗਦੀ ਹੈ, ਧੁੱਪ ਚੜੀ ਸੀ ਹੁਣ ਹਨੇਰਾ ਪੈ ਗਿਆ, ਤੁਹਾਨੂੰ ਪਤਾ ਫਿਰ ਮਰੀ ਵਾਲਾ ਇਲਾਕਾ, ਫਿਰ ਸ਼ਾਮ ਨੂੰ ਠੰਡ ਹੋ ਜਾਂਦੀ ਹੈ, ਦਿਨ ਨੂੰ ਭਾਵੇਂ ਜਿਤਨੀ ਮਰਜ਼ੀ ਗਰਮੀ। ਹੁਣ ਅਸੀਂ ਪਹਾੜੀ ਚੜ੍ਹਦੇ ਚੜ੍ਹਦੇ ਜਾ ਰਹੇ ਹਾਂ ਜੀ ਘਰ ਨੂੰ, ਕਿਉਂਕਿ ਤਲਿਓ ਅਸੀਂ ਆਏ ਸੀ ਨਾ ਬੜੇ ਦੂਰ ਤੋਂ, ਉੱਧਰੋਂ ਅਸੀਂ ਆਏ ਹਾਂ, ਆਪੂ ਥੱਕ ਗਏ ਨੇ, ਟੋਰਾ ਫੇਰਾ ਕਾਫੀ ਹੋ ਗਿਆ ਸਾਡਾ। ਬਿਲਕੁਲ ਜੀ ਸੁਬਹਾ ਦਾ ਟਾਈਮ ਹੋ ਗਿਆ, ਹੁਣ ਡਿਊਟੀਆਂ 'ਤੇ ਜਾਣਾ, ਕਿਚਨ 'ਚ ਆ ਜਾਂਦਾ ਇੱਥੇ, ਤੁਹਾਨੂੰ ਪਤਾ ਫਿਰ ਬੋਸ ਪਤਾ ਨਹੀਂ ਕੀ ਬਣਾ ਰਿਹਾ, ਸੁਬਹਾ ਸੁਬਹਾ ਸਜ ਰਹੇ। ਵੈਸੇ ਤਾਂ ਮੈਂ ਚਾਹ ਬਿਸਕਟਾਂ ਵਾਲੀ ਗੁਜ਼ਾਰਾ ਕਰਦਾ, ਤਾਂ ਅੱਜ ਕੋਈ ਲੱਗਦਾ ਬੋਸ ਫਿਰ ਕੋਈ ਵਧੀਆ ਜੀ ਡਿਸ਼ ਬਣਾਈ। ਭਾਅ ਜੀ ਕੀ ਬਣਾ ਰਹੇ ਹੋ? ਸੇਮੀਆਂ, ਦੁੱਧ ਵਾਲੀਆਂ ਬਗੈਰ ਦੁੱਧ ਵਾਲੀਆਂ ਮੋਟੀਆਂ ਸੇਵੀਆਂ ਦਾ ਮਤਲਬ ਹੈ। ਅੱਛਾ ਪੱਕ ਗਈਆਂ ਨੇ? ਤੇ ਉਹ ਫਿਰ ਖਾਈਏ ਅਸੀਂ ਵੀ, ਸੁਬਹਾ ਸੁਬਹਾ ਫਿਰ ਸੇਵੀਆਂ ਖਾਂਦੇ ਹਾਂ ਜੀ। ਅੱਜ ਸੇਵੀਆਂ ਬੜੀਆਂ ਸੋਹਣੀਆਂ, ਆਏ ਹਾਏ ਕਿਸੇ ਜ਼ਮਾਨੇ ਪਿੰਡ ਵਾਲੀਆਂ ਖਾਈਦੀਆਂ ਹੁੰਦੀਆਂ ਸੀ, ਘਰ ਦੀਆਂ ਬਣੀਆਂ, ਉਹਲੇ ਤਾਂ ਘਰ ਵੱਟਦੇ ਹੁੰਦੇ ਸੀ ਨਾ, ਹੈ ਜੀ ਖੱਟਾਂ ਪੁੱਠੀਆਂ ਕਰਕੇ ਸਾਨੂੰ ਸ਼ੌਕ ਹੁੰਦਾ ਸੀ ਬਈ ਸੇਵੀਆਂ ਉਹ ਵੱਟਣਗੇ ਤਾਂ ਅਸੀਂ ਖੱਟਾਂ 'ਤੇ ਰੱਖਾਂਗੇ, ਅਤੇ ਹੁਣ ਤਾਂ ਬਾਜ਼ਾਰ ਹੀ ਮਿਲ ਜਾਂਦੀਆਂ ਨੇ, ਉਹ ਜ਼ਮਾਨਾ ਖਤਮ ਹੋ ਗਿਆ। ਦਿਓ ਬਹੁਤ ਜੀ ਥੋੜ੍ਹੀਆਂ ਖਾਈਏ ਅਤੇ ਫਿਰ ਅਸੀਂ ਜਾਈਏ। ਦੇ ਦਿਓ ਪਾ ਦਿਓ, ਹਾਏ ਹਾਏ
ਸ਼ੂਗਰ ਫ੍ਰੀ ਵਾਲੀਆਂ ਨੇ? ਉਹੀ ਮੈਂ ਆਖਿਆ ਨਾ ਸ਼ੂਗਰ ਫ੍ਰੀ ਵਾਲੀਆਂ ਨੇ, ਠੀਕ ਨੇ, ਮੁੱਕਦੀਆਂ ਨਹੀਂ, ਨਾ ਖਾਈਏ ਜੀ। ਇਹ ਕੀ ਕਰਨ ਲੱਗੇ ਹੋ? ਹਾਂਜੀ, ਇਹ ਕਿਹੜਾ ਰਿਵਾਜ ਹੈ? ਸੇਮੀਆਂ ਬਣਾ ਕੇ ਦੁੱਧ ਵਾਲੀਆਂ ਨੀ ਬਣਾਉਣੀਆਂ, ਬਾਅਦ ਵਿੱਚ ਦੁੱਧ ਪਾਉਂਦੇ ਨੇ ਕਿ ਖਾਲੀ ਸਾਡਾ ਬੌਸ ਦਾ ਹੀ ਟੱਬਰ ਅਰੇਂਜ ਕਰਦਾ ਜਾਂ ਕੋਈ ਹੋਰ ਵੀ ਕਰਦਾ ਜੀ? ਦੁੱਧ ਵਾਲੀਆਂ ਬਣਾਉਣੀਆਂ ਨੀ ਤੇ ਫਿਰ ਬਾਅਦ ਵਿੱਚ ਦੁੱਧ ਪਾ ਕੇ ਸੇਮੀਆਂ ਨਾਲ ਖਾਣਾ। ਸੇਮੀਆਂ ਦੁੱਧ ਵਾਲੀਆਂ ਚੰਗੀਆਂ ਲੱਗਣੀਆਂ ਨੇ ਇਹ ਨੀ। ਅੱਛਾ, ਅਸੀਂ ਤਾਂ ਸੇਮੀਆਂ ਪਿੰਡ ਵਾਲੀਆਂ ਖਾਣੀਆਂ ਨੇ, ਉਹ ਬਲੈਤ ਵਾਲੀਆਂ ਸੇਮੀਆਂ ਉਧਰ ਚੱਲ ਰਹੀਆਂ ਨੇ ਸਾਡੀਆਂ ਪਿੰਡ ਵਾਲੀਆਂ। ਬਿਸਮਿਲ੍ਲਾ। ਬਾਜੀ ਮਿੱਠਾ ਤਾਂ ਪਾਏ ਕੋ ਨੀ, ਐਵੇਂ ਗੱਲਾਂ ਕਰ ਰਹੇ ਸੀ। ਮਿੱਠਾ ਐਡਾ ਜ਼ਿਆਦਾ ਇੱਕ ਸਵਾਦ ਨੀ ਆਇਆ ਮਿੱਠੇ ਦਾ, ਸਿਰਫ ਪਤਾ ਲੱਗ ਰਿਹਾ ਚੀਨੀ ਦੇ ਡਰਮ ਵਿੱਚ ਨੂੰ ਸੇਮੀਆਂ ਕੱਢ ਕੇ ਖਾ ਰਿਹਾ। ਚਿਕਨ ਪਕੌੜੇ ਬੌਸ ਕਹਿੰਦਾ ਜੀ, ਪੁਰਾਣਾ ਸਾਧਨ ਨੀ, ਚਿਕਨ ਪਕੌੜੇ ਬਹੁਤ ਮਸਾਲਾ ਮਸੂਲਾ ਲਾ ਕੇ ਇਹਨੂੰ ਵਧੀਆ ਜਿਹਾ ਬਣਾ ਦਿੱਤਾ। ਬਹੁਤ ਨਾਲ ਚਟਨੀ ਸਪੂਨ। ਅੱਜ ਸਾਡੇ ਘਰ ਚੱਲ ਰਿਹਾ ਜੀ ਲੈਫਟ ਓਵਰ ਫੂਡ। ਹਾਂਜੀ, ਪਹਿਲੇ ਪਕੌੜੇ ਖਾਧੇ ਨੇ ਅਤੇ ਫਿਰ ਬੌਸ ਪਕੌੜਿਆਂ ਨੂੰ ਕੀ ਪਾਇਆ ਬੌਸ ਦੇ ਅੰਦਰ? ਸੋਇਆ ਸੌਸ, ਰੈਡ ਪੈਪਰ, ਰੈਡ ਅਨੀਅਨ, ਹੌਟ ਕੈਚਅਪ, ਚਿਲੀ ਕੈਚਅਪ, ਬਾਰਬੀਕਿਊ ਸੌਸ, ਸੋਇਆ ਸੌਸ ਨਾਲ ਸੇ। ਹਾਂ ਹਾਂ, ਗੱਲ ਵਧੀਆ ਜੀ। ਅਸਾਂ ਯੂਜੂਅਲ ਰੋਟੀ ਖਾਣੀ ਹੈ ਜੀ, ਸਾਲਣ ਹੈ ਜੀ ਚਿਕਨ ਦਾ। ਬਹੁਤ ਪੈਕ ਚ ਪਾ ਕੇ ਰੱਖੇ ਨੇ ਪਕੌੜੇ। ਬਹੁਤ ਜੀ ਤੁਸੀਂ ਕੀ ਖਾਣਾ? ਪਰਾਂਠਾ ਖਾਣਾ? ਲਓ ਜੀ, ਨਾ ਖਾਣਾ ਪਰਾਂਠਾ, ਅਸੀਂ ਖਾਣੀ ਹੈ ਸੁੱਕੀ ਰੋਟੀ, ਸਾਡੀ ਪਰਾਂਠੇ ਨਾਲ ਜੰਮਦੀ ਨਹੀਂ ਇਹ ਪਰਾਂਠਾ। ਕੀ ਹੋਇਆ ਬਹੁਤ ਜੀ? ਤੈਨੂੰ ਵਿਹਲੇ ਨਾਲ ਪਲੇਟੋ, ਤੁਹਾਨੂੰ ਪਤਾ ਫਿਰ ਹੱਥ ਸਾੜਨੇ ਨੇ। ਹਾਂਜੀ, ਡਰਾਈਵ ਚੱਲੇਗਾ। ਭਾਅ ਜੀ ਅੰਡੇ ਕਿਸ ਵਾਸਤੇ? ਫੋਰ ਮੀ। ਅੰਡੇ ਵੀ ਖਾਣੇ ਨਾਲ? ਜੀ, ਆਈ ਡੋਨਟ ਫੀਲ ਵੈਲ ਆਫਟਰ ਬੋਇਲਡ ਐਗਸ। ਸਿਰਫ ਦੋ ਅੰਡੇ? ਜੀ ਨਾ, ਪਰਾਂਠਾ ਕਸਾਂ ਲਿਓ ਬੇ ਚਿਕਨ। ਅੱਛਾ, ਪਰਾਂਠਾ ਚਿਕਨ ਦੇ ਨਾਲ ਦੋ ਅੰਡੇ। ਵਾਟ ਯੂ ਹੈਵਿੰਗ? ਰੋਟੀ? ਤਜ਼ਾਰੀ ਗੱਲ, ਮੈਂ ਤਾਂ ਰੋਟੀ ਖਾਣੀ ਹੈ। ਚੱਲ ਜੋ ਮੈਂ ਮਰਜ਼ੀ ਬਣਾ ਦੇ ਮੈਨੂੰ, ਵਾਟ ਡੋ ਮਾਈਂਡ, ਮੈਨੂੰ ਇਹ ਹੀ ਬਣਾ ਦੇ ਫਿਰ ਰੋਟੀ। ਆਈ ਹੈਵ ਟੂ ਮੇਕ ਸਮ ਮੋਰ ਦੈਨ। Yeah, yeah, menu hai bana de. I'll eat this wrap. You want wrap? Yeah, yeah. Roti rehan dene. Tu parantha kha. Main hi avlati cheez kha gina. No, might have been a bit less than this. Honey? Yeah. That would have made it sweeter. Yeah, zyada sweet nahi changa. Lao ji, chutney pa deo. Mujhe chutney pasand karde ne. ਭਾਜੀ ਕਬਾਬ ਸ਼ਬਾਬ ਹੈ ਨੀ? ਉਹ ਤਾਂ ਪਏ ਫਰਿੱਜਾਂ 'ਚ। ਅੱਛਾ, ਕਬਾਬ ਸ਼ਬਾਬ। ਲਓ ਜੀ, ਤੜਕਾ ਲੱਗਣ ਲੱਗਾ ਜੀ। ਭਾਅ ਜੀ ਸਾਰੇ ਪਾ ਦੇਣ? ਨਾ, ਕਿਉਂਕਿ ਯੂ ਹੈ ਮਨੀ ਰੈਪਸ ਯੂ ਹੈਵਿੰਗ? ਦੋ ਕੁ ਤਾਂ ਖਾਵਾਂਗਾ ਨਾ, ਇੱਕ ਨਾਲ ਕੀ ਬਣਨਾ ਹੈ? ਆ ਸ਼ੁੱਡ ਬੀ ਮੋਰ ਦੈਨ ਇਨਾਫ ਫॉर ਟੂ। ਹਾਂ ਜੀ, ਖਾਲੀ ਖਾਲੀ ਲੈਬ ਨਹੀਂ ਹੋਣਾ ਚਾਹੀਦਾ। ਨਾ ਨਾ, ਆ ਸ਼ੁੱਡ ਬੀ ਮੋਰ ਦੈਨ ਇਨਾਫ ਫॉर ਟੂ। ਅੱਛਾ, ਮੋਰ ਦੈਨ ਇਨਾਫ ਹੈ ਦੋ ਵਾਸਤੇ। ਲਓ ਜੀ, ਤੜਕਾ ਲੱਗਣ ਲੱਗਾ ਜੀ। ਚਿਲੀ ਸੌਸ, ਟਮਾਟੋ ਕੈਚਅਪ, ਹੋਰ ਕਿਹੜੀ ਕਿਹੜੀ ਹੈ? ਸਵੀਟ ਚਿਲੀ। ਹਾਂਜੀ, ਸਵੀਟ ਚਿਲੀ, ਸਵੀਟ ਚਿਲੀ ਸੌਸ, ਬਾਰਬੀਕਿਊ ਸੌਸ। ਇਹ ਕਿਹੜੀ ਸ਼ੈ? ਸੋਇਆ।
ਸੋਇਆ ਸੌਸ ਆ ਰੰਗਤ ਆ ਗਈ ਵੈਸੇ ਨਮਕ ਵੀ ਚਾਹੇਗਾ ਨਾ ਨਮਕ ਸ਼ਮਕ ਨਹੀਂ ਨਥਿੰਗ ਇਹ ਤਾਂ ਮੈਨੂੰ ਚਾਈਨੀਜ਼ ਫੂਡ ਹੀ ਲੱਗ ਰਿਹਾ ਤੇਜ਼ ਚਾਈਨੀਜ਼ ਫੂਡ ਹੈ ਜਸਟ ਨੀਡ ਨੂਡਲਸ ਹਾਂਜੀ ਨਹੀਂ ਨਿਊਡਲ ਨਾਲ ਲੱਗਦੀ ਕੋਈ ਨਹੀਂ ਰਾਈਸ ਹਾਂ ਚਾਵਲਾਂ ਨਾਲ ਕੰਮ ਵਧੀਆ ਬੋਇਲਡ ਰਾਈਸ ਐਗ ਫਰਾਈਡ ਰਾਈਸ ਜਿਹੜਾ ਮਰਜ਼ੀ ਖਾ ਲਓ ਦੇਸੀ ਰਾਈਸ ਬਸ ਖਾ ਕੇ ਨਹੀਂ ਕੋਲ ਉਹ ਕਹਿੰਦੇ ਨਹੀਂ ਖਾਣਾ ਇਹ ਕੋਲ ਲਓ ਜੀ ਸਾਡੇ ਵੀ ਰੈਪ ਹੋ ਗਏ ਨੇ ਤਿਆਰ ਥੈਂਕ ਯੂ ਚਲੋ ਠੀਕ ਹੈ ਪਰੌਂਠਾ ਹਾਂਜੀ ਪਰੌਂਠਾ ਕੇ ਨਹੀਂ ਖਾਣਾ ਐਗ ਕੋਲਡ ਹੋ ਜਾਸੀ ਆਮ ਗੋਇੰ ਟੂ ਮੇਕ ਰੈਪ ਖਾ ਲਿਓ ਤੁਸੀਂ ਲਓ ਜੀ ਵਧੀਆ ਜਿਹਾ ਰੈਪ ਦੇਸੀ ਦੇ ਵਲੈਤੀ ਇਕੱਠਾ ਖੱਟਾ ਬਿਸਮਿਲਾ ਮਜ਼ਾ ਆ ਗਿਆ ਵੈਸੇ ਸਵਾਦ ਵਾਹ ਵਾਹ ਉਸ Fasal is still down there, will be left if you want to finish that off. Do I have some more, Fasal? Are you sure? Because he had tuna bread I have it for breakfast in the morning. For breakfast, good one. So, I'll eat after that. Baba ji, what's going on? Saade tu dur dur. Baba ji, roti nahi khanda main. That's alright then. I'll enjoy myself. Edde dur. Yep. This is my chair anyway. This is where I sit. ਮਰਜ਼ੀ ਤੁਹਾਡੀ ਸਾਡੇ ਕੋਲ ਨਹੀਂ ਬਹਿਣਾ ਨਾ ਰਾਜ਼ਗੀ ਹੋ ਗਏ ਯੈਪ ਤੁਸੀਂ ਫਿਰ ਕਹਿੰਦੇ ਹੋਣੇ ਕੋਲਾ ਨਹੀਂ ਜੀ ਇਹ ਜੀ ਕੋਲਾ ਹੈ ਓਰੀਜਨਲ ਕੋਲਾ ਤੁਸੀਂ ਕਹਿ ਰਹੇ ਸੀ ਅੰਡਾ ਸ਼ੇਅਰ ਕਰਨਾ ਹਾਂਜੀ ਅੰਡਾ ਸ਼ੇਅਰ ਨੋ ਸ਼ੇਅਰਿੰਗ ਅੰਡਾ ਨੋਟ ਵੈਨ ਆਮ ਹੰਗਰੀ ਨੋ ਸ਼ੇਅਰਿੰਗ ਇਹ ਤੇ ਜਾਤੀ ਨਾ ਆਈ ਚੱਲ ਮੈਂ ਉੱਥੇ ਪਹੁੰਚ ਜਾਵਾਂਗਾ ਹਮਾਰੇ ਹੱਥ ਲੰਬੇ ਹੈ ਵੇਖਣਾ ਜੀ ਪੂਰਾ ਵਲੈਤੀ ਮਾਹੌਲ ਬਣਾ ਕੇ ਬਹੁਤ ਖਾਣ ਲੱਗਾ ਪਰਾਂਠਾ ਅੰਡਾ ਸਾਗ ਚਟਣੀ ਨਾਲ ਲੱਸੀ ਦਾ ਕੱਪ ਹੈ ਉਹ ਜੀ ਵਾਈ ਨਾਟ ਹਾਂਜੀ ਇੱਕ ਅੰਡਾ ਥੋੜ੍ਹਾ ਜਿਹਾ ਸਾਨੂੰ ਵੀ ਖਵਾ ਦੇ ਇੱਕ ਥੋੜ੍ਹਾ ਜਿਹਾ ਪਰਾਂਠੇ ਦਾ ਗਰਾ ਖਾ ਵੇ ਤਨ ਹਾਂਜੀ ਖਾ ਵੇ ਤਨ ਸ਼ੋਰ ਹੈ ਅੰਡਾ ਸ਼ੋ ਬਹਾ ਵੇ ਦੇਸੀ ਮੁਰਗੀ ਹੈ ਡਿਆ ਦੇਸੀ ਮੁਰਗੀ ਇਹ ਕਿੱਥੋਂ ਲਿਆਉਂਦੀ ਹੈ ਬਾਈ ਦੇਸੀ ਮੁਰਗੀ ਅੱਛਾ ਫਾਰਮ 'ਚੋਂ ਲਿਆਉਂਦੀ ਹੈ ਹਾਂਜੀ ਨਾ ਤੂੰ ਖਾ ਮੈਂ ਰੱਜਿਆ ਪਿਆ ਮੈਨੂੰ ਪਰਾਂਠਾ ਸ਼ਾਮ ਨੂੰ ਵੈਸੇ ਡਾਕਟਰ ਕਿਹਾ ਤੂੰ ਨਹੀਂ ਖਾਣਾ ਬਿਲਕੁਲ ਅੰਡੇ ਤਾਂ ਬਿਲਕੁਲ ਨੇੜੇ ਤੇੜੇ ਨਹੀਂ ਜਾਣਾ ਬਲੱਡ ਪ੍ਰੈਸ਼ਰ ਹਾਈ ਹੋ ਜਾਏਗਾ ਤੇਰਾ ਅੱਛੀ ਅਸੀਂ ਆਪਣਾ ਰੋਲ ਮਕਾਉਂਦੇ ਹਾਂ ਚਿਕਨ ਰੈਪ ਜਿਹਨੂੰ ਕਹਿੰਦੇ ਨੇ Oh my god, you can take a bite out of it if you want. Why are you crying about it? Boss, I didn't get a house. No, no. Come on, you're Yashima. I will, I'm hungry. Mass chat is going to be there. You don't have a lot of food. I have a lot of dieting. Because I'm... I'm going to get a lot. ਬਹੁਤ ਸਾਡੇ ਤਾਂ ਮਾਸ ਨਹੀਂ ਚੜ੍ਹਦਾ ਵੈਸੇ ਬਹੁਤ ਨਾਲ ਮਜ਼ਾਕ ਕਰ ਰਿਹਾ ਅਤੇ ਜੇ ਤੁਸੀਂ ਸੀਰੀਅਸ ਨਹੀਂ ਹੋ ਜਾਣਾ ਬੁੱਢੀ ਇਹਨੂੰ ਖਾਣ ਵਾਸਤੇ ਵੀ ਨਹੀਂ ਦਿੰਦੀ ਦੇਰ ਸਮਬਡੀ ਔਨ ਹੇਅਰ ਦੇ ਸੈਡ ਯੂ ਕੈਨ ਬੋਰਿੰਗ ਨਾਓ ਆਈ ਐਮ ਬੋਰਿੰਗ ਪਰਸਨ ਹੋਰ ਕੀ ਇੱਥੇ ਮੈਂ ਭੰਗੜਾ ਪਾਵਾਂ ਦੇ ਸੈਡ ਯੂ ਨੀਡ ਟੂ ਫਾਈਂਡ ਅਨਦਰ ਵੇ ਆਫ ਮੇਕਿੰਗ ਮਨੀ ਸੋ ਹੀ ਓਨਲੀ ਵਾਚਸ ਯੂ ਔਰ ਸ਼ੀ ਪ੍ਰੋਬਬਲੀ ਆਈ ਡੋਨਟ ਨੋ ਆਈ ਡਿਡਨਟ ਰੀਡ ਇਟ ਪ੍ਰੋਪਰਲੀ ਯਾ They only watch you a little bit at a time because you get so boring. Life is boring. They want you to make money some other way because this is a very sad way. Sad way making money? Yeah. I'm not really sure. This is a banana bus. A big effort. A khaniya ho jandiyan ne. Lokan ki hai, shrikan da kam hai, gallan karni hai. ਅਸੀਂ ਤਾਂ ਉਹੀ ਸ਼ੇਅਰ ਕਰਾਂਗੇ ਜਿਹੜਾ ਅਸੀਂ ਸ਼ੇਅਰ ਕਰਦੇ ਹਾਂ ਜੋ ਅਸੀਂ ਖਾਂਦੇ ਪੀਂਦੇ ਹਾਂ ਜੋ ਅਸੀਂ ਰਹਿੰਦੇ ਹਾਂ ਨਾ ਤਾਂ ਸਾਨੂੰ ਕੋਈ ਚਾਹ ਫੇਮਸ ਹੋਣ ਦਾ ਨਾ ਕੋਈ ਸਾਨੂੰ ਚਾਹ ਸੈਲੀਬ੍ਰਿਟੀ ਬਣਨ ਦਾ ਅਸੀਂ ਆਪਣਾ ਘਰ ਦਾ ਹੀ
ਸਿਸਟਮ ਸ਼ੇਅਰ ਕਰੀਦਾ ਅਤੇ ਹਰ ਘਰ ਦੀ ਰੂਟੀਨ ਸੇਮ ਹੀ ਹੁੰਦੀ ਹੈ ਪਰ ਡਿਫਰੈਂਟ ਤਰੀਕੇ ਦੇ ਨਾਲ ਕਈ ਜਗ੍ਹਾ 'ਤੇ ਭਾਂਡੇ ਖੜਕਦੇ ਨੇ ਕਈ ਜਗ੍ਹਾ 'ਤੇ ਭਾਂਡੇ ਪੱਕਦੇ ਨੇ ਕਈ ਜਗ੍ਹਾ 'ਤੇ ਖਾਣੇ ਚੱਲਦੇ ਨੇ ਹੈ ਜੀ ਨਾ ਤਾਂ ਮੈਂ ਬਾਹਰ ਜਾ ਸਕਦਾ ਨਾ ਮੈਂ ਅੱਗੇ ਪਿੱਛੇ ਨਾ ਮੇਰੇ ਕੋਲ ਇਤਨਾ ਟਾਈਮ ਹੈ ਅਤੇ ਮਾੜਾ ਜਿਹਾ ਬੰਦਾ ਨਾ ਮੈਂ ਮੇਰਾ ਕਿਸੇ ਦੇ ਨਾਲ ਮੁਕਾਬਲਾ ਹੈ ਜੀ ਜਿਹੜੇ 4 ਜੀ ਭੈਣ ਭਰਾ ਵੇਖ ਲੈਂਦੇ ਨੇ ਉਸੇ 'ਚ ਅਸੀਂ ਖੁਸ਼ ਹੁੰਦੇ ਹਾਂ ਬਿਸਮਿਲਲਾ ਹੈ ਜੀ ਕਿਸੇ ਚੰਗਾਈਆਂ ਗੱਲਾਂ ਲੱਗਣ ਸਾਡੀਆਂ ਮਾੜੀਆਂ ਲੱਗਣ ਜ਼ਿੰਦਗੀ 'ਚ ਹਰ ਇੱਕ ਇਨਸਾਨ ਨੂੰ ਤਾਂ ਇਨਸਾਨ ਖੁਸ਼ ਕਰ ਨਹੀਂ ਸਕਦਾ ਹਰ ਇੱਕ ਨੂੰ ਖੁਸ਼ ਰੱਖਣਾ ਬੜਾ ਔਖਾ ਜਿਹਾ ਕੰਮ ਹੈ ਕਿਉਂ ਬੋਸ ਜੀ ਨਹੀਂ ਪਤਾ ਹੋਇਆ ਹਾਂਜੀ ਬਹੁਤ ਸਾਰਾ ਮੈਨੂੰ ਪਤਾ ਐਕਸਪੀਰੀਅੰਸ ਐਕਸਪੀਰੀਅੰਸ ਯਾ ਤੋ ਜੋ ਕੁਝ ਹੈ ਜੀ ਇਹ ਹੀ ਹੈ ਨਾ ਤਾਂ ਅਸੀਂ ਨੱਸ ਸਕਦੇ ਹਾਂ ਮੁਲਕ ਦੇ ਕੋਨੇ ਕੋਨੇ ਫਿਰ ਸਕਦੇ ਹਾਂ ਅਸੀਂ ਉਹ ਜਿਹੇ ਯੂਟਿਊਬਰ ਤਾਂ ਹੈ ਜੀ ਕਦੇ ਅਮੈਰੀਕਾ ਕਦੇ ਫਰਾਂਸ ਕਦੇ ਜਪਾਨ ਕਦੇ ਥਾਈਲੈਂਡ ਸਾਡੀ ਸੂਈ ਜਾਂਦੀ ਹੈ ਅਜਦਾ ਤੂੰ ਫਿਰ ਕੇ ਸੂਈ ਸਾਡੇ ਘਰ ਆ ਜਾਂਦੀ ਹੈ ਸਾਡੀ ਘੜੀ ਇੱਥੇ ਤੱਕ ਫਿਰਦੀ ਹੈ ਇਨਸ਼ਾਅੱਲਾ ਜੀ ਮੌਕਾ ਮਿਲਿਆ ਕਿਤੇ ਜਾਵਾਂਗੇ ਫਿਰਾਂ ਟੁਰਾਂਗੇ ਅਤੇ ਤੁਹਾਡੇ ਨਾਲ ਗੱਪਸ਼ੱਪ ਵੀ ਲਾਵਾਂਗੇ ਅਤੇ ਜੋ ਆਪਣੇ ਦੁੱਖ ਦਰਦ ਹੋਣਗੇ ਉਹ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਹਾਂਜੀ ਬਕਾਇਆ ਤੁਸੀਂ ਇੰਜੋਏ ਨਾ ਕਰੋ ਤੁਹਾਡੀ ਆਪਣੀ ਮਰਜ਼ੀ ਹੈ ਥੈਂਕ ਯੂ ਸੋ ਮੱਚ ਤੁਸੀਂ ਵੇਖਦੇ ਹੋ ਸਾਡੀ ਮਾੜੀ ਚੰਗੀ ਬੁੱਥੀ ਹਰ ਵਲੋਗ ਦੇ ਅੰਦਰ ਸਾਡੀ ਪੁਰਾਣੀ ਬੁੱਥੀ ਹੁੰਦੀ ਹੈ ਨਵੇਂ ਵਲੋਗ ਦੇ ਅੰਦਰ ਇਹ ਤਾਂ ਅਸੀਂ ਚੇਂਜ ਨਹੀਂ ਕਰ ਸਕਦੇ ਹੁਣ ਕੀ ਕਰੀਏ ਬੁੱਥੀ ਵੀ ਇਹੀ ਗੱਲਾਂ ਵੀ ਇਹੀ ਸਾਡੀਆਂ ਸ਼ਕਲਾਂ ਵੀ ਇਹੀ ਬੋਰਿੰਗ ਰੂਟੀਨ ਕੱਪੜੇ ਵੀ ਇਹੀ ਹਰ ਵਲੋਗ 'ਚ ਅਸੀਂ ਕੱਪੜੇ ਕੋਈ ਨਵੇਂ ਨਹੀਂ ਲਾਉਂਦੇ ਅਸੀਂ ਹਫ਼ਤਾ ਮਹੀਨੇ ਬਾਅਦ ਇੱਕ ਦਫ਼ਾ ਚੇਂਜ ਕਰੀਦਾ ਅਤੇ ਜੀ ਮਹੀਨੇ ਬਾਅਦ ਨਾ ਜੀ ਮੈਨੂੰ ਰੋਣਾ ਵੀ ਆ ਗਿਆ ਨੱਕ ਵੀ ਵਗਣਾ ਸ਼ੁਰੂ ਹੋ ਗਿਆ ਰੋਣ ਨਾਲ ਨੱਕ ਤੱਕ ਕੀ ਤਲਕੇ ਬੜਾ ਗਹਿਰਾ ਤਲਕੇ ਅਗਰ ਬੰਦਾ ਸੋਚੇ ਆਈ ਐਮ ਈਟਿੰਗ ਸੋਰੀ ਬੋਸ ਤੁਸੀਂ ਖਾਣਾ ਖਾ ਰਹੇ ਹੋ ਮੈਂ ਕੋਈ ਗਲਤ ਗੱਲ ਨਹੀਂ ਕੀਤੀ ਕਿ ਤੁਸੀਂ ਖਾਣਾ ਖਾਓ ਸਲੀ ਦੇ ਨਾਲ ਖਾਓ ਠੀਕ ਹੈ ਜੀ ਇਸ ਤੋਂ ਪਹਿਲੇ ਇੱਧਰ ਜੁੱਤੀ ਆ ਜਾਏ ਮੇਰੇ ਵਾਲੀ ਸਾਈਡ ਦੇ ਇਹ ਸਾਡੀ ਅੰਡਰਸਟੈਂਡਿੰਗ ਹੈ ਗੁੱਡ ਅੰਡਰਸਟੈਂਡਿੰਗ ਹਸਬੈਂਡ ਵਾਈਫ ਦੀ ਨਾ ਅਤੇ ਅਸੀਂ ਜਿਵੇਂ ਮਰਜ਼ੀ ਇੱਕ ਦੂਜੇ ਨਾਲ ਗੱਲਾਂ ਕਰੀਏ ਇਹ ਸਾਡੀ ਟੈਨਸ਼ਨ ਹੈ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਸੀਂ ਸਿਰਫ ਚਾਹ ਸ਼ਾਹ ਬਣਾ ਕੇ ਲੈ ਆਉਂਦੀ ਹੈ ਮੈਂ ਹਜੇ ਹੁਣ ਚਾਹ ਸ਼ਾਹ ਵਧੀਆ ਜੀ ਆਹੋ ਜੀ ਨਹੀਂ ਠੀਕ ਬਿਸਕੁਟ ਹਾਂਜੀ ਸਾਦਾ ਹੋਰ ਲਿਆਵਾਂ ਅੱਛਾ ਇਹ ਤਾਂ ਲਿਆਉਂਦੇ ਨੇ ਸ਼ੂਗਰ ਜ਼ਰਾ ਘੱਟ ਰਾਤੀ ਤੇਜ਼ ਹੋ ਜਾਏਗੀ ਸ਼ੂਗਰ ਹੈ ਜੀ ਮਿੱਠਾ ਬਿਲਕੁਲ ਕੋਈ ਨਹੀਂ ਪਾਇਆ ਨਾ ਤਾਂ ਕਰ ਬਿਲਕੁਲ ਜੀ ਤੁਸੀਂ ਕਹਿੰਦੇ ਹੋਣੇ ਦੇਸੀ ਐਡ ਕਰਦਾ ਕੀ ਪਿਆ ਜੀ ਚਿਕਨ ਬਣਾਉਣ ਲੱਗਾ ਜੀ ਬੜਾ ਸੋਹਣਾ ਜਿਹਾ ਬੰਦਾ ਤਾਂ ਹੈ ਕੋਈ ਨਹੀਂ ਸੀ ਮੈਂ ਜੀ ਚਲੋ ਮੈਂ ਹੀ ਬਣਾ ਕੇ ਨਾ ਨਹੀਂ ਜੀ ਮੈਂ ਨਹੀਂ ਬਣਾ ਰਿਹਾ ਬਹੁਤ ਪਿਆ ਜੀ ਅੱਖ ਰੱਖਣੀ ਹੈ ਇਹਦੇ 'ਤੇ ਅਤੇ ਗੱਲੇ ਗੁੱਲੇ ਨਾ ਤਮਾਮ ਸਾਡੀ ਪਾਸਤਾ ਸ਼ਾਸਤਾ ਖਾਏਗੀ ਚਿਕਨ ਦੇ ਨਾਲ ਮੈਂ ਫਿਰ ਇਹਨੂੰ ਕਿਹਾ ਬੋਸ ਨੂੰ ਕਿਹਾ ਜੀ ਮੈਨੂੰ ਬਣਾ ਦੇ ਆਲੂ ਮਟਰ ਸੋਹਣੇ ਜੇ ਆਲੂ ਮਟਰ ਤੁਹਾਨੂੰ ਪਤਾ ਫਿਰ ਅਸੀਂ ਸ਼ੌਕ ਨਾਲ ਬੜੇ ਖਾਂਦੇ ਹਾਂ ਹੋਰ ਤਾਂ ਕਿਸੇ ਖਾਣਾ ਨਹੀਂ ਮੈਂ ਤਾਂ ਆਪੂ ਜੀ ਆਲੂ ਮਟਰ ਖਾਂਦੇ ਆਹ ਵੇਖੋ ਜੀ ਆਹ ਚਿਕਨ ਤਿਆਰ ਹੋ ਗਿਆ ਆਏ ਹਰ ਪੈਨ ਸਾਡਾ ਬੜਾ ਸੋਹਣਾ ਹੈ ਥੱਲੇ ਲੱਗਦਾ ਵੀ ਕੋਈ ਨਹੀਂ ਕੁਕਿੰਗ ਵੀ ਬੜੀ ਜ਼ਬਰਦਸਤ ਹੋਣੀ ਸਮਝੋ ਇਹ ਗ੍ਰਿਲ ਹੈ ਇਹਦੇ ਵਿੱਚ ਨਿਸ਼ਾਨ ਲੱਗੇ ਨੇ ਛੋਟੇ ਛੋਟੇ Thank you.
ਥਿੰਕ ਦੂਈ ਵੀ ਕੱਢਣੀ ਪਈ ਸੀ। ਦੂਈ ਪਾ ਦੇ ਹਾਂ। ਗੈਸ ਬੰਦ ਕਰ ਦਿੱਤਾ ਬਾਬੂ ਜੀ। ਗੈਸ ਤੇ ਬੰਦ ਕੀਤਾ ਸੀ ਤੇ ਨਹੀਂ। ਆ ਜੀ ਪਾਣੀ ਗਿਆ। ਕੀ ਹੋਇਆ? ਪਾਣੀ ਗੈਸ ਨਹੀਂ। Why was supposed to come downstairs? I don't even need a ladle for this. I don't even know what to do.